ਇੱਕ ਵਾਰ ਤੇ ਗੱਲ ਆ ਕਿ ਇੱਕ ਪਿੰਡ ਦੇ ਵਿੱਚ ਇੱਕ ਫਕੀਰ ਆਉਂਦਾ ਤੇ ਉਹ ਰਾਤ ਰਹਿਣ ਨੂੰ ਜਗ੍ਹਾ ਲੱਭਣ ਡਿਆ ਹੁੰਦਾ। ਉਧਰ ਉਹਨੂੰ ਇੱਕ ਗਰੀਬ ਜਿਹਾ ਬੰਦਾ ਮਿਲਦਾ ਤੇ ਉਹਨੂੰ ਪੁੱਛਦਾ ਵੀ ਇੱਥੇ ਰਾਤ ਰਹਿਣ ਨੂੰ ਕੋਈ ਜਗ੍ਹਾ ਹੈਗੀ ਆ? ਕਹਿੰਦਾ ਜੀ ਤੁਸੀਂ ਮੇਰੇ ਘਰ ਰਹਿ ਸਕਦੇ ਜੀ ਰਾਤ। ਕਹਿੰਦਾ ਮੈਂ 2-3 ਦਿਨ ਰਹਿਣਾ ਕਹਿੰਦਾ ਜੀ ਕੋਈ ਗੱਲ ਨਹੀਂ। ਉਹ 2-3 ਦਿਨ ਰਹਿਦਾ ਤੇ ਉਹ ਬੰਦਾ ਫਕੀਰ ਦੀ ਬੜੀ ਸੇਵਾ ਕਰਦਾ ਵਾ। ਦੋ ਤਿੰਨ ਦਿਨਾਂ ਤਣਾਂ ਦੇ ਬਾਅਦ ਫਕੀਰ ਨੇ ਗਾਂਹ ਜਾਣਾ ਹੁੰਦਾ ਤੇ ਫਕੀਰ ਉਹ ਬੰਦੇ ਤੋਂ ਬੜਾ ਖੁਸ਼ ਹੁੰਦਾ। ਤੇ ਜਾਂਦਾ ਜਾਂਦਾ ਉਹਨੂੰ ਆਪਣਾ ਇੱਕ ਗਧਾ ਦੇ ਜਾਂਦਾ ਉਹ ਤੇ ਫਕੀਰ ਗਾਂ ਚੱਲ ਜਾਂਦਾ ਤੇ ਉਹ ਬੰਦਾ ਗਧੇ ਦੀ ਬੜੀ ਸੇਵਾ ਕਰਦਾ ਤੇ ਭਾਰ ਵੀ ਢੋਂਦਾ ਵੀ ਕਹਿੰਦਾ ਵੀ ਇਹ ਸੰਤਾਂ ਦਾ ਗਧਾ ਵਾ ਇਹ ਕਰਾਮਾਤੀ ਹੈ ਉਹ ਕੋਸਮਾ ਪੈਂਦਾ ਤੇ ਗਧਾ ਮਰ ਜਾਂਦਾ ਉਹ ਬੰਦਾ ਸੋਚਦਾ ਵੀ ਇਹ ਸਾਧਾਂ ਦਾ ਗਧਾ ਵਾ ਗਧੇ 'ਚ ਕੋਈ ਤੇ ਕਰਾਮਾਤ ਹੋਊਗੀ ਉਹਨੂੰ ਗਧੇ ਨੂੰ ਨਾਪ ਦਿੰਦਾ ਤੇ ਉਹਦੀ ਇੱਕ ਕਬਰ ਜੀ ਬਣਾ ਦਿੰਦਾ ਤੇ ਉੱਤੇ ਦੋ ਚਾਰ ਇੱਟਾਂ ਜੀਆਂ ਲਾ ਦਿੰਦਾ ਤੇ ਜਿਹੜਾ ਕੋਈ ਉੱਥੋਂ ਨੰਗਦਾ ਤੇ ਉਹ ਉਹਨੂੰ ਪੂਜਣਾ ਸ਼ੁਰੂ ਕਰ ਦਿੰਦਾ ਉੱਥੇ ਪਹਿਲਾਂ ਦੀਵਾ ਜਗਾ ਦਿੰਦਾ ਉਹ ਤੇ ਆਪਣੀ ਸ਼ਰਧਾ ਨਾਲ ਜਗਾਉਂਦਾ ਵੀ ਚੱਲ ਹਨਾ ਸਾਧਾਂ ਦਾ ਗਧਾ ਹਿਓ ਚ ਸ਼ਰਧਾ ਵੀ ਚੱਲ ਇੱਕ ਸੰਤ ਦਾ ਗਧਾ ਵਕਰਾ ਮਾਤੀ ਤੇ ਹੋਣਾ ਹੀ ਆ ਉਹੋ ਹਾਲ ਵੀ ਉੱਥੇ ਦੀਵਾ ਜਗਾਉਂਦਾ ਲੋਕ ਉਹ ਤੇ ਮੱਥੇ ਟੇਕਣੇ ਸ਼ੁਰੂ ਕਰ ਦਿੰਦੇ ਆ ਲੋਕਾਂ ਦੀ ਮੰਤਾ ਪੂਰੀਆਂ ਹੋਣਾ ਪੈਂਦੀ ਹੈ ਮੰਤਾਂ ਤੇ ਆਪੇ ਪੂਰੀ ਹੋਣੀਆਂ ਕਿ ਜੇ 100 ਬੰਦੇ ਨੇ ਆਣ ਕੇ ਮੰਤ ਮੰਗੀ ਆ 50 ਸਤਾਂ ਦਿੱਤੇ ਹੋਊਗੀ ਜਿਹੜੇ 95 ਦੀ ਨਹੀਂ ਹੋਈ ਉਹਨਾਂ ਚੋਂ 50 ਆਣੇ ਤੇ ਉਦਾਂ ਆਈ ਜਾਣਾ ਵਿਚਾਲ ਅੱਜ ਨਹੀਂ ਤੇ ਬਾਬਾ ਕੱਲ ਕਰੋ ਕੱਲ ਨਹੀਂ ਤੇ ਪਰਸੋਂ ਕਰੋ ਪਰਸੋਂ ਨਹੀਂ ਤੇ ਚੌਥ ਕਰੋ ਤੇ ਜਿਹੜੇ ਬਾਕੀ 5 ਆ ਉਹਨਾਂ ਰੋਲਾ ਪਾਦਣਾ ਸਾਡੀ ਪੂਰੀ ਹੋਗੀ ਉਹਨਾਂ ਦੇ ਆਸਰੇ ਹੋਰ ਲੋਕ ਆਈ ਜਾਂਦੇ ਆ ਉਹ ਫਕੀਰ ਬੜੇ ਚਿਰਾਂ ਬਾਅਦ ਫੇਰ ਵਾਪਸ ਆਇਆ ਉਹਨੇ ਵੇਖਿਆ ਵੀ ਇੱਕ ਬੰਦੇ ਨੇ ਪੁੱਛਦਾ ਕਹਿੰਦਾ ਇੱਥੋਂ ਦੀ ਮੈਂ ਇੱਕ ਵਾਰ ਲੰਘਿਆ ਸੀ ਅੱਜ ਤੋਂ 2-3 ਸਾਲ ਪਹਿਲਾਂ ਤੇ ਇੱਕ ਕੁੱਲੀਜੀ ਹੀ ਇਥੇ ਤੇ ਤੈਨੂੰ ਪਤਾ ਉਹ ਬੰਦਾ ਕਿੱਥੇ ਰਹਿੰਦਾ ਵਾ ਉਹ ਕਹਿੰਦਾ ਜੀ ਮੈਂ ਹੋਈ ਆ ਤੇ ਕਹਿੰਦਾ ਮਹਿਲ ਛਤਲੇ ਤੂੰ ਕਹਿੰਦਾ ਜੀ ਜਿਹੜਾ ਤੁਸੀਂ ਗਧਾ ਦੇ ਕੇ ਗਏ ਹੋ ਉਹ ਗਧਾ ਬੜਾ ਕਰਾਮਾਤੀ ਸੀ ਕਹਿੰਦਾ ਜੀ ਮਰ ਗਿਆ ਮੈਂ ਤੇ ਕਬਰ ਬਣਾ ਕੇ ਦੀ ਉਹ ਜਗਾ ਤਾਂ ਲੋਕ ਮੱਥੇ ਟੇਕਣ ਲੱਗ ਪਏ ਤੇ ਉਹ ਤੋਂ ਕਹਿੰਦਾ ਮੈਨੂੰ ਇੰਨੀ ਕਮਾਈ ਸ਼ੁਰੂ ਹੋ ਗਈ ਕਿ ਮੈਂ ਅੱਜ ਮਹਿਲ ਛਤਿਆ ਉਹ ਫਕੀਰ ਕਹਿੰਦਾ ਕਹਿੰਦਾ ਇਹਦੀ ਮਾਂ ਵੀ ਬੜੀ ਕਰਾਮਾਤੀ ਹੀ ਮੈਂ ਵੀ ਉਹ ਤੋਂ ਹੀ ਫਕੀਰ ਬਣਿਆ ਆ ਤੁੰਮੇ ਕੋ ਸਾਰਾ ਤੁਹਾਨੂੰ ਉਤੋਂ ਹੀ ਆਇਆ ਵਾ ਉਹ ਹਾਲ ਅੱਜ ਕੱਲ ਲੋਕਾਂ ਦਾ ਵਾ ਪਤਾ ਨਹੀਂ ਕਿ ਕਿਹੇ ਪਿੰਡਾਂ ਦੇ ਵਿੱਚ ਗੱਜ ਦਾਤਾ ਕੋਈ ਸੁਖਾ ਦਾਤਾ ਕੋਈ ਫਲਾਣਾ ਦਾਤਾ ਕੋ ਘਟੀਂਗੜਾ ਦਾਤਾ ਇਦਾਂ ਜਗਾਵਾਂ ਬਣੀਆਂ ਵਾ ਉਦਾਂ ਵੀ ਡੇਰੇ ਵੀ ਪੰਜਾਬ 'ਚ ਬੜੇ ਬਣੇ ਆ ਕਿਸ ਨੂੰ ਕੋਈ ਇਤਿਹਾਸ ਦਾ ਨਹੀਂ ਪਤਾ ਭਾਵੇਂ ਕੁੱਤੇ ਦੀ ਕਬਰ ਦੇ ਉੱਤੇ ਮਥਾ ਟੇਕੀ ਜਾਣ ਥੱਲੇ ਪਤਾ ਨਹੀਂ ਨੱਪਿਆ ਕੀ ਕੋਈ ਹੈ ਵੀ ਹੈ ਕਿ ਨਹੀਂ ਵੀ ਹੈਗਾ ਜਿਵੇਂ ਇੱਕ ਸੱਜਣ ਪੁਰਸ਼ ਦੱਸਣ ਰਿਹਾ ਹੀ ਕਹਿੰਦਾ ਮਾਲਵੇ ਵਾਲੇ ਇੱਕ ਨਾ ਗੁਰਦਾਰਾ ਹੀ ਕੋਈ ਤੇ ਕਹਿੰਦਾ ਉੱਥੇ ਕੋਈ ਆਉਂਦਾ ਆਂਦਾ ਘਟ ਇਹ ਕਹਿੰਦਾ ਪਿੰਡੋਂ ਬਾਹਰ ਵਾਹੇ ਮੜਾ ਜਾਂਦਾ ਤੇ ਕਹਿੰਦਾ ਬਜ਼ੁਰਗਾਂ ਨੇ ਆਪ ਹੱਥੀ ਬਣਾਇਆ ਹੈ ਗੁਰਦਾਰਾ ਪੜੇ ਸਮਿਆਂ ਚ ਕਹਿੰਦਾ ਕਿਸ ਨੇ ਉੱਥੇ ਲਿਆ ਕੇ ਇੱਕ ਬਾਬਾ ਬਿਠਾਤਾ ਤੇ ਕੁ ਸਮਾਂ ਪਾ ਕੇ ਬਾਬੇ ਦੀ ਮੰਤਾ ਹੋਣੀ ਸ਼ੁਰੂ ਹੋ ਗਈ ਕਹਿੰਦਾ ਬਾਬੇ ਨੇ ਲੋਕਾਂ ਨੂੰ ਕਹਿਣਾ ਸ਼ੁਰੂ ਕੀਤਾ ਵੀ ਇੱਥੇ ਗੁਰੂ ਹਰਗੋਬਿੰਦ ਪਾਸ਼ਾ ਨਹੀਂ ਆਏ ਇਹ ਤੇ ਇਹ ਜਗ੍ਹਾ ਨੂੰ ਬਰ ਬੜੇ ਮਿਲੇ ਕਹਿੰਦਾ ਬਜ਼ੁਰਗਾਂ ਨੂੰ ਪਤਾ ਹੋਣਾ ਤੇ ਆਪ ਗੁਰਦਾਰਾ ਸਾਹਿਬ ਬਣਾਇਆ ਕਹਿੰਦਾ ਉਹਨੇ ਬੜੇ ਵਾਰਲੇ ਛੜੇ ਉੱਥੇ ਇੱਕ ਨਲਕਾ ਹੈ ਪੁਰਾਣਾ ਜਿਹਾ ਉੱਥੇ ਵੀ ਲੇ ਛੜੇ ਵੀ ਆ ਨਲਕੇ ਦਾ ਪਾਣੀ ਪੀਊਗਾ ਇੰਨੇ ਦੁੱਖ ਦੂਰ ਹੋਣਗੇ ਕਹਿੰਦਾ ਚੰਗਾ ਭਲਾ ਪੁਰਾਣੇ ਬਜ਼ੁਰਗਾਂ ਨੂੰ ਪਤਾ ਵੀ ਫਿਰ ਵੀ ਉਹਨੂੰ ਮੰਨੀ ਜਾਂਦੀ ਐ ਮੱਥੇ ਟੇਕੀ ਜਾਂਦੇ ਕਹਿੰਦਾ ਬਾਬੇ ਦੀ ਬਦਮਾਸ਼ੀ ਵੀ ਪੂਰੀ ਚੱਲਦੀ ਓਥੇ ਹੁਣ ਤੇ ਕਹਿੰਦਾ ਪਹਿਲਾਂ ਨਲਕਾ ਇਹ ਮੁਣਕੇ ਉਹਨੇ ਸਰੋਵਰ ਬਣਾ ਕੇ ਉੱਤੇ ਵਾਰ ਲਿਖਤੇ ਵੀ ਜਿਹੜੇ ਬਹੁਤੇ ਵਾਰ ਲਿਖੇ ਹੁੰਦੇ ਆ ਗੁਰਦਾਰਿਆਂ 'ਚ ਜਾਂ ਡੇਰਿਆਂ 'ਚ ਜਾਂ ਜਗ੍ਹਾ ਦੇ ਉੱਤੇ ਇਹ ਆਪਣੇ ਲਿਖੇ ਹੋਏ ਹੁੰਦੇ ਆ ਕਿਸੇ ਨੇ ਦਿੱਤੇ ਨਹੀਂ ਹੁੰਦੇ ਆਣ ਕੇ ਤੇ ਨਾ ਕਿਸੇ ਨੂੰ ਪੁੱਛਣਾ ਹੀ ਨਹੀਂ ਹੁੰਦਾ ਵੀ ਵਾਰ ਕਿਹੜੇ ਵੇਲੇ ਦਿੱਤੇ ਕਿੱਥੋਂ ਦਿੱਤੇ ਕਿਉਂਕਿ ਕਿਸ ਧਰਮ ਦੇ ਨਾਂ ਤੇ ਕੋਈ ਘਾਟ ਹੀ ਪੁੱਛਦਾ ਇਹ ਹੋ ਆ ਲੋਕਾਂ ਦਾ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਮਾਸਾ ਭਰੋਸਾ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਭਰੋਸਾ ਕਰਨ ਵਾਸਤੇ ਉਹਨੂੰ ਪੜ੍ਹਨਾ ਪੈਣਾ ਤੇ ਉਹਨਾਂ ਨੂੰ ਚਾਹੀਦਾ ਐਸਾ ਕੋਈ ਬੰਦਾ ਜਿਹੜਾ ਬੋਲ ਕੇ ਦੱਸਿਆ ਵੇਖਿਏ ਬਾਬੇ ਆ ਆਹ ਥਾਣੇ ਉਂਗਲਾਂ ਨਾਲ ਹੀ ਮੁੰਗਲਾ ਮਾਰੀ ਜਾਂਦੇ ਆ ਪਾਸਪੋਰਟ ਤੇ ਭਾਵੇਂ ਕਹਦਾ ਪਾਸਪੋਰਟ ਖਰਾਬ ਕਰ ਦੇਣਾ ਹੁਣ ਜੇ ਮੰਨ ਲਓ ਬਾਬੇ ਨੇ ਦਹਾਂ ਪਾਸਪੋਰਟਾਂ ਤੇ ਉਂਗਲਾਂ ਮਾਰੀਆਂ ਦੋਹਾਂ ਦਾ ਤਵੀਜ ਲੱਗ ਹੀ ਜਾਣਾ ਉਹਨਾਂ ਆਖਣਾ ਵੀ ਬਾਬੇ ਨੇ ਉਂਗਲਾਂ ਮਾਰੀਆਂ ਹੀ ਤਵੀਜ ਲੱਗ ਗਿਆ ਲੋਕਾਂ ਦੀ ਜਿਹੜੀ ਆਸਥਾ ਇੰਨੀ ਕੱਚੀ ਹੋ ਗਈ ਆ ਗੁਰੂ ਨਾਨਕ ਸਾਹਿਬ ਹਣਾਂ ਤੇ ਗੱਲਾਂ ਚੋਂ ਕੱਢਿਆ ਸੀ ਡੇਰੇਵਾਦ ਚੋਂ ਜਿਹੜੇ ਬ੍ਰਾਹਮਣਵਾਦ ਚੋਂ ਕੱਢਿਆ ਸੀ ਅਸੀਂ ਫੇਰ ਉੱਚੀ ਪਈ ਜਾਂਦੇ ਆ ਕਿਉਂਕਿ ਜਿਹੜੇ ਪੁਰਾਣੇ ਬਜ਼ੁਰਗ ਹੀ ਉਹ ਸਾਰੇ ਨਹੀਂ ਹੀ ਨਿਕਲੇ ਕਈ ਇਲਾਕਿਆਂ ਚ ਤਾਂ ਸਿੱਖੀ ਦਾ ਪ੍ਰਚਾਰ ਘੱਟ ਹੋਇਆ ਤੇ ਗਲੇ ਸੇਵ ਦੋਜਿਆਂ ਨੂੰ ਲੈ ਕੇ ਬਹਿ ਜਾਂਦੇ ਆ ਅੱਜਕੱਲ ਤੇ ਹਰ ਬਾਬਾ ਜਿਹੜਾ ਉਹਦੀਆਂ ਨੈਟ ਦੇ ਉੱਤੇ ਫੋਟੋਆਂ ਪਈ ਜਾਂਦੀਆਂ ਉਹ ਨੈਟ ਤੇ ਬਾਬੇ ਨੇ ਵੱਖਰਾ ਪੇਜ ਬਣਾਇਆ ਨੈਟ ਦੇ ਉੱਤੇ ਵੱਖਰੇ ਪੈਸੇ ਆਉਂਦੇ ਆ ਤੇ ਬਾਬਾ ਉਹਦਾ ਡੇਰੇ ਚੋਂ ਵੱਖਰੀ ਕਮਾਈ ਕਰਦਾ ਚੰਗੇ ਭਲਿਆਂ ਨੂੰ ਪਤਾ ਵੀ ਆ ਕਿ ਇਹ ਨਾ ਜਿਹੜੇ ਆ ਪਖੰਡੀ ਆ ਪਰ ਨਹੀਂ ਉਹ ਕਿਤੇ ਢਾਹ ਵਾਂਗੂ ਮਤਲਬ ਕਿ ਮੰਨਣਾ ਵਾ ਭਰੋਸਾ ਜਿਵੇਂ ਬਣਾ ਕੇ ਬਿਠੇ ਸ਼ਰਦਾ ਤੇ ਅੰਨੇ ਸ਼ਰਦਾ ਤੇ ਬੇਵਕੂਫੀ ਚ ਫਰਕ ਹੁੰਦਾ ਸ਼ਰਦਾ ਜਿਹੜੀ ਆ ਉਹ ਬੰਦੇ ਤੇ ਐਵੇਂ ਕਰੀ ਜਾਣੀ ਸ਼ਰਦਾ ਹੋਰ ਚੀਜ਼ ਹੁੰਦੀ ਤੇ ਬੇਵਕੂਫੀ ਹੋਰ ਚੀਜ਼ ਹੁੰਦੀ ਆ ਜਿਵੇਂ ਕੋਈ ਸੱਜਣ ਪੁਰਸ਼ ਦੱਸਣ ਰਿਹਾ ਹੀ ਆਪਣਾ ਹੀ ਕਹਾਣੀ ਵੀ ਗੱਲ ਸੱਚੀ ਹੈ ਕੋਈ ਗਲੋ ਨਹੀਂ ਘੜੀ ਕਹਿੰਦਾ ਵੀ ਇੱਕ ਬੰਦਾ ਸੀ ਉਹਦਾ ਪਿੰਡੋ ਸਭ ਕੁਝ ਕਾਫੀ ਗਰੀਬੀ ਤੇ ਸਭ ਕੁਝ ਵੇਖ-ਵੋਖ ਗਿਆ ਤੇ ਉਹ ਪਿੰਡ ਛੱਡ ਕੇ ਆਪਣਾ ਸਹੁਰੇ ਚਲ ਗਿਆ ਸਹੁਰੇ ਜਾ ਕੇ ਤੇ ਉਹਨੇ ਇੱਕ ਜਗ੍ਹਾ ਬਣਾ ਲਈ ਵੀ ਮੈਨੂੰ ਫਲਾਣੇ ਬਾਬੇ ਦੀ ਚੌਂਕੀ ਆਉਂਦੀ ਆ ਤੇ ਉੱਥੇ ਕਹਿੰਦਾ ਵੀਰਵਾਰ ਮੇਲਾ ਲੱਗਣ ਲੱਪਿਆ ਮਾੜਾ-ਮੋਟਾ ਦਾ ਸਾਡੇ ਹੀ ਪਿੰਡ ਦਾ ਬੰਦਾ ਉੱਥੇ ਜਾ ਕੇ ਕਹਿੰਦਾ ਬਾਬਾ ਜੀ ਕਿਰਪਾ ਕਰੋ ਕਹਿੰਦਾ ਉਹ ਬੰਦੇ ਨੂੰ ਚੰਗਾ ਭਲਾ ਪਤਾ ਵੀ ਸਾਡੇ ਪਿੰਡ ਚੋਂ ਗਿਆ ਵਾ ਤੇ ਇਹਦੇ ਤੇ ਤੱਪੜ ਰੋਲ ਗਏ ਪਿੰਡ ਚ ਤੇ ਉਹ ਕਹਿੰਦਾ ਵੀ ਉਹਦੇ ਕਿਤੇ ਮੁੰਡੇ ਦੀ ਫਾਈਲ ਲੱਗੀ ਹੈ ਬਾਹਰ ਦੀ ਤੇ ਇਹ ਕਹਿੰਦਾ ਬਾਬਾ ਜੀ ਕਿਰਪਾ ਕਰੋ ਕਹਿੰਦਾ ਕੋਈ ਨਹੀਂ ਹੋ ਜੂਗੀ ਉਹਦੇ ਚੌਣ ਚੱਕੇ ਮੁੰਡੇ ਦਾ ਵਿਜਾ ਲੱਗ ਗਿਆ ਮੁੰਡਾ ਬਾਹਰ ਚੱਲ ਗਿਆ ਤੇ ਕਹਿੰਦਾ ਬਾਬਾ ਜੀ ਦੂਜੇ ਮੁੰਡੇ ਤੇ ਵੀ ਕਰ ਦਿਓ ਕਿਰਪਾ ਕਹਿੰਦਾ ਨਹੀਂ ਉਹਨਾਂ ਪਤਾ ਵੀ ਉਹਨਾਂ ਲਾਇਆ ਕਹਿੰਦਾ ਉੱਤੇ ਨਹੀਂ ਹੋ ਸਕਦੀ ਉਹ ਮੁੰਡੇ ਦੀ ਕਿਸਮ ਹੈ ਚੰਗੀ ਉਹ ਵੀ ਬਾਹਰ ਚੱਲ ਗਿਆ ਬਾਬਾ ਕਹਿੰਦਾ ਵੀ ਮੈਂ ਮੁੰਡਾ ਬਾਹਰ ਭੇਜਿਆ ਮੈਨੂੰ 50000 ਰੁਪਏ ਦੇ ਕਹਿੰਦਾ ਵੀ ਇੰਨੇ ਨਹੀਂ ਹੋ ਸਕਦੇ ਪਹਿਲਾਂ ਤੁਸੀਂ ਕਹਿੰਦੇ ਨਹੀਂ ਜਾਣਾ ਕਹਿੰਦਾ ਮੈਂ ਕਰਤੀ ਨਾ ਕਿਰਪਾ ਦਾ ਦੇ 50000 ਨਹੀਂ ਤੇ ਮੈਂ ਵਾਪਸ ਮੰਗਾਉਣ ਲੱਗਾ ਬੰਦਾ ਇੰਨਾ ਡਰ ਗਿਆ ਚੰਗਾ ਭਲਾ ਅਮਰਤਾਰੀ ਬੰਦਾ ਦੱਸਦਾ ਕਹਿੰਦਾ ਉਹਨੂੰ 50000 ਰੁਪਏ ਦਿੱਤਾ ਇਹ ਹਾਲ ਆ ਦੁਨੀਆ ਦਾ ਚੰਗੇ ਭਲੇ ਪਤਾ ਵੀ ਆ ਵੀ ਪਖੰਡੀ ਆ ਤਾਂ ਵੀ ਅਸੀਂ ਬਾਰਸ਼ ਰਾਪ ਦੇ ਨਾਂ ਤੋਂ ਇੰਨਾ ਡਰਦੇ ਆ ਨਾ ਵੀ ਅਸੀਂ ਐਵੇਂ ਪੈਸੇ ਚੜਾਈ ਜਾਂਦੇ ਆ ਬੋਰੀਆਂ ਭਰੀਆਂ ਜਾਂਦੇ ਆ ਬਾਬਿਆਂ ਦੀ ਜਿਵੇਂ ਬਾਬਾ ਹਯਾਰਾ ਸਿੰਘ ਜੀ ਕਹਿੰਦੇ ਹੁੰਦੇ ਆ ਕਹਿੰਦੇ ਵੀ ਜਿਹੜੇ ਬਹੁਤੇ ਸਾਧ ਆਏ ਗੁਰੂ ਨਾਨਕ ਦੇ ਨਾਮ ਤੋਂ ਖਾਂਦੇ ਤੇ ਹੈ ਪਖੰਡੀ ਆ ਸਿਰਫ ਰੋਟੀਆਂ ਸੇਕਣ ਨੂੰ ਬੈਠੇ ਆ ਆਪਣਾ ਨਾਂ ਚ ਪਾਉਂਦੇ ਕਿਸ ਦਾ ਹੋਰ ਗੁਰੂ ਨਾਨਕ ਦਾ ਨਾਂ ਹੀ ਜ ਪਾਉਂਦੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਜੇ ਰੱਖਿਆ ਵਾ ਡੇਰੀਆਂ ਚ ਤਾਂ ਰੱਖਿਆ ਗਿਆ ਵਾ ਸਿਰਫ ਇੱਕ ਮਤਲਬ ਕੀ ਗੁਰੂ ਨਾਨਕ ਦੇ ਨਾਮ ਤੇ ਬ੍ਰਾਂਚ ਖੋਲੀ ਬਾਕੀ ਕੋਈ ਪ੍ਰਚਾਰ ਸਿੱਖੀ ਦਾ ਨਹੀਂ ਕੋਈ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨਹੀਂ ਚੰਗੀ ਦਿੱਤੀ ਜਾਂਦੀ ਬਾਬਾ ਜੀ ਨੇ ਸਾਰੀ ਉਮਰ ਗੁਰੂ ਨਾਨਕ ਸਾਹਿਬ ਦਾ ਹੋਕਾ ਤਾਂ ਬਾਣੀ ਪੜਨ ਨੂੰ ਕਿਆ ਬਾਪੈ ਤੇ ਇਹ ਕਰਕੇ ਇਹਨਾਂ ਡੇਰਿਆਂ ਦੇ ਵਿੱਚ ਵੀ ਇਹਨਾਂ ਜਿਹੜੇ ਜਗਾਵਾਂ ਦੇ ਵਿੱਚ ਜਿਹੜੇ ਬੈਠੇ ਆ ਲੋਕਾਂ ਨੂੰ ਇਹੋ ਆ ਵੀ ਇਹ ਹਾਨੂੰ ਬੋਲ ਕੇ ਦੱਸ ਦਿੰਦੇ ਆ ਹੁਣ ਗੁਰੂ ਨਾਨਕ ਸਾਹਿਬ ਹਣਾ ਜੂਧ ਪਾਸ਼ਾ ਹਣਾ ਹਨ ਹਣ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਆ ਆਖਿਆ ਵੀ ਉਤੋਂ ਪੜੋ ਉਹਨੂੰ ਸਮਝੋ ਬਸ ਪੰਗਾ ਇਹ ਆ ਵੀ ਉਹਨੂੰ ਪੜ ਕੇ ਸਮਝਣਾ ਨਹੀਂ ਆ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਕਿਹਾ ਜਾਂਦਾ ਜਾਗਤ ਜੋਤ ਦਾ ਮਤਲਬ ਇਹ ਨਹੀਂ ਆ ਕਿ ਕੋਈ ਉੱਠ ਕੇ ਵਿੱਚੋਂ ਆਜੂ ਗੁਰੂ ਨਾਨਕ ਦੇ ਅੱਖੋਂ ਕਿ ਹਾਂ ਮੈਂ ਆ ਗਿਆ ਤਾਂ 10 ਕਿਹੜੇ ਸਵਾਲ ਦਾ ਜਵਾਬ ਦੇਵਾਂ ਨਹੀਂ ਉਹ ਸਾਨੂੰ ਪੜ ਕੇ ਸਮਝਣਾ ਪੈਣਾ ਜਦੋਂ ਅਸੀਂ ਮੱਥੇ ਟੇਕੀ ਜਾਂਨੇ ਆ ਜਾ ਕੇ ਨਹੀਂ ਆਵਾਂਗੇ ਮੱਥਾ ਟੇਕਣਾ ਨਹੀਂ ਮੜਾ ਪਰ ਅੰਨੀ ਸ਼ਰਧਾ ਚ ਅਸੀਂ ਜਾ ਕੇ ਮੱਥਾ ਠਾਹ ਕਰਕੇ ਮਾਰਦੇ ਆ ਪਰ ਸਾਨੂੰ ਪਤਾ ਹੀ ਨਹੀਂ ساری ਉਮਰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕੀ ਲਿਖਿਆ ਗਿਆ ਜਦੋਂ ਅਸੀਂ ਪਤਾ ਹੋ ਗਣਮੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਕੀ ਲਿਖਿਆ ਵਾ ਫਿਰ ਸਾਡੀ ਜਿਹੜੀ ਸ਼ਰਧਾ ਵੀ ਦੂਣੀ ਹੋ ਜਾਊਗੀ ਤੇ ਉਹ ਸੱਚੀ ਸ਼ਰਧਾ ਹੋਊਗੀ ਵੀ ਮਹਾਰਾਜ ਇੰਨੇ ਸੋਹਣੇ ਬਚਨ ਲਿਖੇ ਆ ਗੁਰੂ ਗ੍ਰੰਥ ਸਾਹਿਬ ਵਿੱਚ ਪਰ ਨਹੀਂ ਅਹੀਂ ਜਦੋਂ ਮਤਲਬ ਸਾਨੂੰ ਸਿਰਫ ਮੱਥੇ ਨਾਲ ਮਤਲਬ ਆ ਵੀ ਇੱਕ ਜਿਹੜੀ ਫਾਰਮੈਲਟੀ ਜੀ ਪੂਰੀ ਕਰਨੀ ਆ ਵੀ ਇੱਕ ਕੰਮ ਆ ਵੀ ਹਾਂ ਅਹੀਂ ਮੱਥਾ ਜਾ ਕੇ ਸੁੱਟਣਾ ਵਾ ਤੇ ਲੰਗਰ ਖਾਣਾ ਦੋ ਕੰਮ ਤੇ ਬਾਕੀ ਕੰਮਾਂ ਵਾਸਤੇ ਸਾਧ ਰੱਖੇ ਆ ਵੀ ਸਾਧ ਕੋ ਜਾਣਾ ਪੁੱਛਣਾ ਬਾਬਾ ਜੀ ਕੰਮ ਹੋ ਜਾਊ ਬਾਬੇ ਨਖਣਾ ਕੰਮ ਹੋ ਜਾਊਗਾ ਬਾਬੇ ਨੇ ਉਂਗਲਾ ਮਾਰਦਨੀਆ ਪਾਸਪੋਰਟ ਤੇ ਹੋਏ ਤੇ ਤੁਸੀਂ ਆਖਣਾ ਵੀ ਬਾਬੇ ਨੇ ਸਾਡਾ ਕੰਮ ਕਰਤਾ ਲੱਖ ਰੁਪਇਆ ਚੜਾ ਦੋ 50000 ਚੜਾ ਦੋ ਪਹਿਲੀ ਤਨਖਾਹ ਤੇ ਹਰ ਕੋ ਚੜਾਉਂਦਾ ਚੜਾਉਂਦਾ ਨਾ ਹੋਏਦਾ ਕੋਈ ਜਵਾਬ ਨਹੀਂ ਉਹਦਾ ਇੱਕੋ ਜਵਾਬ ਹੁੰਦਾ ਤੁਹਾਡੀ ਸ਼ਰਦਾ ਹੈ ਨਹੀਂ ਤੇ ਇਹੋ ਮੂਰਖ ਪੁਣੇ ਦੇ ਵਸ ਪੈ ਕੇ ਅਸੀਂ ਸਾਰੇ ਇਹੋ ਕੰਮਾਂ ਨੂੰ ਪਈ ਜਾਂਦੇ ਹਾਂ ਨੂੰ ਕਿ ਡੇਰਿਆਂ 'ਚ ਬਹੁਤਿਆਂ ਦਾ ਇਤਿਹਾਸ ਹੀ ਨਹੀਂ ਪਤਾ ਵੀ ਕੋਈ ਇਤਿਹਾਸ ਹੈ ਹੈ ਵੀ ਆ ਪਿੰਡਾਂ ਦੇ ਵਿੱਚ ਜਾ ਜਾ ਕੇ ਜੇ ਡੇਰੇ ਖੋਲੇ ਜਿਵੇਂ ਪਰਮੇਸ਼ਰ ਦਵਾਰ ਦਾ ਇਤਿਹਾਸ ਕੀ ਪੁੱਛੋਗੇ ਇਤਿਹਾਸ ਹੀ ਦਾ ਹੋਰ ਕਈ ਗੁਰਦਾਰੇ ਆ ਢਡਰੀਆਂ ਵਰਗੇ ਕਈ ਸੰਤਾਂ ਨੇ ਖੋਲੇ ਆ ਉੱਦਾਂ ਕਹਿੰਦੇ ਬਾਕੀ ਪੁਜਾਰੀ ਆਪ ਵੀ ਪੁਜਾਰੀ ਪੀ.ਟੀ.ਐਮ ਤੇ ਪੈਸੇ ਲਈ ਜਾਂਦੇ ਆ ਗੱਲ ਕੀ ਆ ਵੀ ਇਹ ਸਾਰੇ ਜਿਹੜੇ ਆ ਜਿੰਨੇ ਵੀ ਠੱਗ ਚੋਰਾ ਸਿੱਖੀ ਦੇ ਖਿਲਾਫ ਚੱਲਦੇ ਪਹਿਲੀ ਗੱਲ ਆ ਅਸੀਂ ਇਹ ਦੋ ਕੁ ਪੰਕਤੀਆਂ ਪੜਦੇ ਵੀ ਸੰਤਾਂ ਦੀ ਨਿੰਦਿਆ ਨਹੀਂ ਕਰਨੀ ਨਿੰਦਿਆ ਦੇ ਵਿੱਚ ਤੇ ਸੱਚ ਵਿੱਚ ਫਰਕ ਹੁੰਦਾ ਵਾ ਚੋਰ ਨੂੰ ਚੋਰ ਕਹਿਣਾ ਨਿੰਦਿਆ ਨਹੀਂ ਆ ਇਹ ਹੁਵਾਲਾ ਵੀ ਅਸੀਂ ਡਰੀ ਜਾਂਦੇ ਆ ਇੱਕ ਪੰਕਤੀ ਪੜਨ ਸਾਧਕ ਮਹਮਾ ਬੇਦਨਾ ਜਾਣੇ ਸਾਧ ਕੋਈ ਮਹਿਮਾ ਬੇਦਨਾ ਜਾਣੇ ਇਦਾਂ ਦੇ ਹੋਰ ਪੰਕਤੀਆਂ ਅਹੀਂ ਗੁਰਬਾਣੀ ਚੋਂ ਪੜ੍ਹੀ ਜਾਂਦੇ ਆ ਵਸਪੀ ਤੇ ਸੰਤ ਕਨਿੰਦ ਕੇ ਮਹਾ ਤਤਾਈ ਹਣਾ ਪੀ ਸੰਤ ਕਨਿੰਦ ਕੇ ਨਰਕਾਂ ਚ ਜਾਂਦਾ ਵਾ ਸਰਕਾਂ ਸੰਤ ਤਾਂਦ ਕੇ ਬਖਸ਼ਿਆਣ ਜਾਂਦਾ ਸਾਧਾ ਨਿੰਦਕ ਬਖਸ਼ਿਆਣ ਜਾਂਦਾ ਬ੍ਰਾਹਮ ਗਿਆਨੀ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਅਹੀਂ ਇਹੋ ਪੰਕਤੀਆਂ ਪੜ੍ਹ ਲੈਨੇ ਆ ਪਰ ਕਦੀ ਵੇਖਿਆ ਵੇ ਬ੍ਰਾਹਮ ਗਿਆਨੀ ਦੇ ਲੱਛਣ ਕੀ ਲਿਖਿਆ ਗੁਰਬਾਣੀ ਚ ਉਹ ਸਾਨੂੰ ਪਤਾ ਹੀ ਨਹੀਂ ਆ ਸਾਡੇ ਬਾਤੇ ਤੇ ਬ੍ਰਾਹਮ ਗਿਆਨੀ ਆ ਇੱਕ ਵੇਖਿਆ ਸਮਾਧੀ ਚ ਲਾ ਕੇ ਬੈਠਾ ਲੋਕੀ ਲਾ ਕੇ ਪੈਹੇ ਮੱਥੇ ਟੇਕੀ ਜਾਂਦੀ ਆ ਇਹਦੇ ਮੂਰਖਾਂ ਵੀ ਸਮਾਧੀਆਂ ਇਦਾਂ ਲੱਗਦੀਆਂ ਉਹ ਤੋਂ ਰੀਲਾਂ ਪਾਈ ਜਾਂਦੇ ਆ ਵੀ ਜਣਾ ਖਾਣਾ ਤੇ ਅੱਜ ਕੱਲ ਪਾ ਕੇ ਨਵੇਂ-ਨਵੇਂ ਚੋਲੇ ਤੇ ਸੰਤ ਬਣਿਆ ਫਿਰਦਾ ਜਿਹੜਾ ਸੰਤ ਹੈ ਉਹਦੇ ਕੋਈ ਜਾਂਦਾ ਨਹੀਂ ਆ ਸਭ ਤੋਂ ਵੱਡਾ ਸੰਤ ਗੁਰੂ ਗ੍ਰੰਥ ਸਾਹਿਬ ਜੀ ਉਹਦੇ ਕੋਈ ਜਾਂਦਾ ਨਹੀਂ ਆ ਜਿਵੇਂ ਮਹਾਤਮਾ ਬੁੱਧ ਕੋ ਕਹਿੰਨੇ ਪੁੱਛਿਆ ਵੀ ਮਹਾਤਮਾ ਜੀ ਵੀ ਤੁਹਾਡੇ ਕੋਈ ਨਹੀਂ ਭੀੜਦੀਆਂ ਬਾਕੀਆਂ ਕੋ ਭੀੜ ਬੜੀ ਹੁੰਦੀ ਜਿਹੜੇ ਹੋਰ ਪੰਡਤ ਆ ਮਹਾਤਮਾ ਬੁੱਧਾ ਨੇ ਆਖਿਆ ਵੀ ਸਿਆਣੇ ਬੰਦਿਆਂ ਦੀ ਕਦੀ ਭੀੜ ਨਹੀਂ ਹੁੰਦੀ ਤੇ ਭੀੜਾਂ 'ਚ ਕਦੀ ਸਿਆਣੇ ਬੰਦੇ ਨਹੀਂ ਹੁੰਦੇ ਇਹੋ ਵਾਲਾ ਜਿੱਥੇ ਬਹੁਤੀਆਂ ਪੀੜਾਂ ਕਦੀ ਸਿਆਣੇ ਨਹੀਂ ਹੁੰਦੇ ਤੇ ਅਸੀਂ ਸਮਝਦਾਰ ਜਿਹੜੀ ਗੁਰੂ ਨਾਨਕ ਸਾਹਿਬ ਹੋਣੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਸਾਨੂੰ ਚੀਜ਼ ਦੇ ਕੇ ਗਏ ਉਹਦੇ ਵੱਲ ਅਸੀਂ ਕਦੀ ਧਿਆਨ ਹੀ ਨਹੀਂ ਦਿੱਤਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਪੜ੍ਹਿਆ ਨਹੀਂ ਸਮਝਿਆ ਨਹੀਂ ਵਿਚਾਰਿਆ ਨਹੀਂ ਸਾਨੂੰ ਤੇ ਅੱਜ ਵੀ ਉਦੋਂ ਵੀ ਉਹ ਪੰਤ ਕਹੇਗਾ ਕਿ ਸੁਣਾਈ ਜਾਂਦੇ ਹੈ ਅੱਜ ਵੀ ਸੰਤ ਜਿਹੜੇ ਬਣੇ ਆ ਉਹ ਸੁਣਾਈ ਜਾਂਦੇ ਆ ਇਹ ਸੰਤ ਮਹਾਤਮਾ ਜਿਹੜੇ ਆ ਡੇਰਿਆਂ ਦਾ ਮਤਲਬ ਇਹ ਆ ਇੱਕ ਵੱਖਰਾ ਜਿਹੜਾ ਪਿੰਡੋਂ ਬਾਹਰ ਜਿੱਦਾਂ ਹੁੰਦੇ ਹੈ ਨਾ ਪਹਿਲਾਂ ਘਰ ਉਹਨਾਂ ਨੂੰ ਕਹਿੰਦੇ ਨੇ ਡੇਰੇ ਆਕਰ ਵੱਲੋਂ ਪਿੰਡੋਂ ਬਾਹਰਵਾ ਆਪਣੀ ਪੈਲੀ ਦੇ ਵਿੱਚ ਘਰ ਪਾਇਆ ਵਾ ਉਹ ਆ ਜਿਹੜੇ ਡੇਰੇ ਆ ਇੱਕ ਜਿਹੜੀ ਆ ਇੱਕ ਨਿੱਜੀ ਪ੍ਰਾਪਰਟੀ ਆ ਕਹਿੰਦੇ ਨਿੱਜੀ ਜਾਇਦਾਦ ਆ ਕਹਿੰਦੀ ਆਪਣੀ ਇੱਕ ਸੰਤ ਦੀ ਉਹ ਉਹਦਾ ਉਹਦੇ ਨਾਂ ਤੇ ਆ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਨਹੀਂ ਨਾਂ ਉੱਤੇ ਪ੍ਰਚਾਰ ਹੀ ਹੁੰਦਾ ਵਾ ਉਹ ਇੱਕ ਸੰਤ ਦੇ ਨਾਂ ਤੇ ਆ ਉਹਦੀ ਗੜੀ ਧੀਆਂ ਪਤਾਂ ਦੀ ਹੁੰਦੀ ਹੈ ਇਸ ਕਰਕੇ ਸਾਨੂੰ ਸਮਝਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਨੂੰ ਤੋਂ ਸਵਾ ਕਿਸੇ ਨੂੰ ਨਹੀਂ ਮੰਨਣਾ ਚਾਹੀਦਾ ਗੁਰਦਾਰੇ ਦਾ ਕੰਮ ਆ ਵੀ ਸਾਨੂੰ ਗੁਰਬਾਣੀ ਗੁਰਦਾਰੇ ਚ ਸੰਥਿਆ ਮਿਲਣੀ ਚਾਹੀਦੀ ਆ ਗੁਰੂ ਦੀ ਗੱਲ ਹੋਣੀ ਚਾਹੀਦੀ ਅਕਸਰ ਸ਼ਾਮ ਕਥਾ ਹੋਵੇ ਜਿਹੜੇ ਬੱਚਿਆਂ ਨੂੰ ਸੰਥਿਆ ਦਿੱਤੀ ਜਾਵੇ ਗੁਰਬਾਣੀ ਦੀ ਕੀਰਤਨ ਸਿਖਾਇਆ ਜਾਵੇ ਗਤਕਾ ਸਿਖਾਇਆ ਜਾਵੇ ਇਹ ਡੇਰਿਆਂ ਦੇ ਵਿੱਚ ਜਗਾਵਾਂ ਦੇ ਉੱਤੇ ਕੋਈ ਕੰਮ ਨਹੀਂ ਹੁੰਦਾ ਤੇ ਮੁਸਲਮਾਨ ਪੀਰਾਂ ਦੀ ਜਗਾਵ ਉਹਦੇ ਮੁਸਲਮਾਨ ਇਹਨਾਂ ਨੂੰ ਮੰਨਦੇ ਹੀ ਨਹੀਂ ਆ ਮੰਨਦੇ ਕੌਣ ਆ ਸਿੱਖ ਜਿਵੇਂ ਅੰਮ੍ਰਿਤਸਰ ਵਾਲਾ ਰੋਡ ਵਾਂਡਿਆ ਰਾਹ ਚ ਇੱਕ ਜਗ੍ਹਾ ਹੁੰਦੀ ਸੀ ਉਹਨਾਂ ਵੇਖਿਆ ਵੀ ਇਹ ਮੁਸਲਮਾਨ ਪੀਰ ਦੀ ਜਗਾ ਨਾ ਲੱਗੇ ਜਿਹੜੇ ਰਹਿੰਦੇ ਮੁਸਲਮਾਨਾਂ ਨਾਲ ਸੰਪਰਕ ਕੀਤਾ ਉਹਨਾਂ ਨੂੰ ਕਹਿੰਦੇ ਵੀ ਇਹ ਜਗ੍ਹਾ ਹਟਾ ਦिए ਜਾਂ ਤਨ ਹੋਰ ਕੋਈ ਥਾਂ ਦਿੰਦੇ ਉੱਥੇ ਬਣਾ ਲਓ ਉਹ ਕਹਿੰਦੇ ਭਾਈ ਅਸੀਂ ਤਾਂ ਇਹਦੇ ਕਦੀ ਜਾਣਦੇ ਨਹੀਂ ਸਿੱਖ ਜਾਂਦੇ ਉਹਨਾਂ ਨੂੰ ਪੁੱਛੋ ਵੀ ਸਿੱਖਾਂ ਦੇ ਜ਼ਿਆਦਾਤਰ ਇਹ ਮਸ਼ਹੂਰੀ ਇਹ ਹੋ ਗਈ ਆ ਸਿੱਖ ਕਾਦੇ ਉਹ ਸਿੱਖ ਥੋੜਾ ਵਾ ਜਿਹੜੇ ਜਾ ਕੇ ਜਗ੍ਹਾ ਤੇ ਮੱਥਾ ਟੇਕਦੇ ਉਹ ਸਿੱਖ ਨਹੀਂ ਆ ਅਹੀਂ ਬਾਬਾ ਹਯਾਰਾ ਸਿੰਘ ਜੀ ਕਹਿੰਦੇ ਹੁੰਦੇ ਸੀ ਵੀ ਜਿਹੜਾ ਸਮੱਥਾ ਵਾ ਇਹ ਬੜਾ ਕੀਮਤੀ ਆ ਸਿਰਫ ਗੁਰੂ ਨਾਨਕ ਪਾਸ਼ਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜਾ ਕੇ ਮੱਥਾ ਸਿਰ ਝਕਾਉਣਾ ਵਾ ਹੋਰ ਕਿਤੇ ਮੱਥਾ ਨਹੀਂ ਟੇਕਣਾ ਤੇ ਅਹੀਂ ਥਾਂ ਥਾਂ ਤੇ ਜਾ ਕੇ ਟਾ ਰੋੜਿਆਂ ਤੇ ਮੱਥੇ ਟੇਕੀ ਜਾਂਦੇ ਆ ਕਦੇ ਕੋਈ ਮਾਤਾ ਬਣਾਈ ਕਿਤੇ ਕੋਈ ਬਾਬਾ ਬਣਾਇਆ ਕੋਈ ਕੋਈ ਪੀਰ ਬਣਾਇਆ ਜਿਹੜਾ ਪਾਕ ਚੋਲਾ ਆਉਂਦਾ ਜੀ ਆ ਫਲਾਣਾ ਸੰਤਾ ਸਮਾਧੀ ਲਾਉਂਦਾ ਉਸ ਵੇਖ ਲੈਨੇ ਹੰ ਤਾਂ ਸਮ ਚੀਜ਼ਾਂ ਦਾ ਦੱਸਿਆ ਵੀ ਸਮਾਧੀ ਇੱਕ ਲੱਗਦੀ ਆ ਸਮਾਧੀ ਤੋਂ ਅਸੀਂ ਵੇਖ ਲੈਨੇ ਫਲਾਣਾ ਬਾਬਾ ਉਹ ਅੱਖਾਂ ਮੀਟ ਕੇ ਬੈਠਾ ਸਮਾਧੀ ਲੱਗੀ ਆ ਤੇ ਜਿਨ੍ਹਾਂ ਦੇ ਸਮਾਧੀਆਂ ਲੱਗਦੇ ਉਹ ਇਦਾਂ ਨਹੀਂ ਲਾਉਂਦੇ ਹੁੰਦੇ ਸਮਾਧੀਆਂ ਤੇ ਇਹ ਗੱਲ ਇਹ ਕਿਉਂ ਹਨ ਨੂੰ ਪਤਾ ਵਾ ਕਿਉਂਕਿ ਗੁਰੂ ਨਾਨਕ ਪਾਸ਼ਾ ਹੁਣਾਂ ਤੇ ਸਾਰੀਆਂ ਚੀਜ਼ਾਂ ਨੂੰ ਮਾਣਾ ਖੰਡਣ ਕੀਤਾ ਵਾ ਪਰ ਅਸੀਂ ਕਿਉਂ ਨਹੀਂ ਸਮਝਦੇ ਕਿਉਂਕਿ ਅਸੀਂ ਜਿਹੜੀ ਚੀਜ਼ ਵਿੱਚ ਖੰਡਣ ਕੀਤਾ ਵਾ ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਖੰਡਣ ਕੀਤਾ ਉਹਨੂੰ ਅਸੀਂ ਪੜਦੇ ਨਹੀਂ ਆ ਉਹਨੂੰ ਵੀ ਮੱਥੇ ਟੇਕੀ ਜਾਂਦੇ ਆ ਵੀ ਮੱਥੇ ਟੇਕਿਆ ਸਾਰਾ ਗਿਆਨ ਤੇ ਕਿਰਪਾ ਹਾਸਲ ਹੋ ਜਾਣੀ ਕੁਛ ਨਹੀਂ ਹਾਸਲ ਹੋਣਾ ਮੱਥਾ ਟੇਕਿਆ ਤੁਹਾਨੂੰ ਇੰਨੀ ਗੱਲ ਦੱਸ ਦਿੰਨਾ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਜਦਨ ਪੜੋਗੇ ਜਦ ਤਣ ਸਮਝੋਗੇ ਉਦਨ ਹਾਸਲ ਹੋਣਾ ਪੜਿਆਂ ਉਹਦੀਆਂ ਪੰਕਤੀਆਂ ਦਾ ਗਿਆਨ ਆਸਲ ਹੋਣਾ ਪੜਿਆਂ ਵੀ ਬੜਾ ਕੋ ਪਤਾ ਲੱਗ ਜਾਂਦਾ ਕਈ ਵਾਰ ਧਿਆਨ ਪੈ ਜਾਂਦਾ ਪੰਕਤੀ ਤੇ ਪੜੇ ਪੜੋਗੇ ਪੜੀ ਜਾਓਗੇ ਪੜੀ ਜਾਓਗੇ ਗਾਧ ਤੋਂ ਗਾਹ ਪਤਾ ਲੱਗੀ ਜਾਣਾ ਸਮਝੋਗੇ ਤੇ ਉੱਤੋਂ ਵੱਧ ਪਤਾ ਲੱਗਣਾ ਮੱਥਾ ਟੇਕਿਆ ਸਾਰੀ ਉਮਰ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਰਮਾਲਾ ਰੱਖਿਆ ਵਾ ਸਾਰੀ ਉਮਰ ਜਾ ਕੇ ਮੱਥਾ ਟੇਕਦਾ ਰਹੇ ਜੋ ਕਰਮਾ ਜਾਂ ਜੋ ਮਿਹਨਤ ਨਾਲ ਮਿਲ ਗਿਆ ਮਿਲ ਗਿਆ ਉਹ ਕਿਰਪਾ ਉੱਤੇ ਕੋਈ ਨਹੀਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਤੇ ਤਾਂ ਉਹਨੇ ਚੋਕੇ ਨਹੀਂ ਵੇਖਿਆ ਰਮਾਲਾ ਵੀ ਕੀ ਹੀ ਥੱਲੇ ਗੁਰੂ ਨਾਨਕ ਸਾਹਿਬ ਜੀ ਪਰ ਉਹ ਤੇ ਉਦੋਂ ਹੀ ਪਤਾ ਲੱਗੋ ਜਦ ਤਨ ਪੜੂਗਾ ਇਹ ਕਰਕੇ ਕਹਿੰਦੇ ਵੀ ਪੜਿਆ ਨਾ ਹੀ ਭੇਦ ਬੁੱਝਿਆ ਪਾਉਣਾ ਵੀ ਪੜਿਆਵੇਂ ਕੱਲਾ ਨਹੀਂ ਫਿਰ ਬੁੱਝਣਾ ਪੈਣਾ ਉਹਨੂੰ ਸਮਝਣਾ ਪੈਣਾ ਵਿਚਾਰਨਾ ਪੈਣਾ ਗੁਰਬਾਣੀ ਦਾ ਭੇਦ ਫਿਰ ਹੀ ਪਤਾ ਲੱਗਣਾ ਪਹਿਲਾਂ ਪੜਨਾ ਵਾ ਪੜ ਪੜ ਗੱਡੀ ਵੀ ਨਹੀਂ ਲੱਦੀ ਜਾਣੀ ਵੀ ਹਜ਼ਾਰਾਂ ਪਾਠ ਕਰੀ ਜਾਣੇ ਫਿਰ ਉਹਨੂੰ ਬੁੱਝਣਾ ਵਾ ਉਹਨੂੰ ਸਮਝਣ ਦੀ ਕੋਸ਼ਿਸ਼ ਵੀ ਕਰਨੀ ਗੁਰਬਾਣੀ ਨੂੰ ਜੇ ਅਸੀਂ ਗੁਰਬਾਣੀ ਨੂੰ ਪੜਾਂਗੇ ਸਮਝਾਂਗੇ ਫਿਰ ਹੀ ਬਾਬੇ ਤੇ ਡੇਰਿਆਂ ਦੇ ਚੰਗਲ ਚੋਂ ਨਿਕਲਾਗੇ ਵੀ ਗੁਰੂ ਨਾਨਕ ਪਾਸ਼ਾ ਨੇ ਆਖਿਆ ਵੀ ਬਾਬਾ ਹਜ਼ਾਰਾ ਸਿੰਘ ਵੀ ਕਹਿੰਦੇ ਹੁੰਦੇ ਕਹਿੰਦੇ ਉਹ ਸਾਧ ਹੀ ਨਹੀਂ ਆ ਜਿਹੜਾ ਸ਼ਰਾਪ ਦਿੰਦਾ ਵ ਕੰਦੇ ਜਿਹੜਾ ਸ਼ਰਾਬ ਦਿੰਦਾ ਉਹ ਸਾਥ ਹੋ ਹੀ ਨਹੀਂ ਸਕਦਾ ਕਿਉਂਕਿ ਜਿੱਦ ਕੋ ਸਾਥ ਦਾ ਮਤਲਬ ਹੁੰਦਾ ਜਿਹਨੇ ਸਭ ਕੁਝ ਸਾਥ ਲਿਆ ਜਿਹਦੇ ਵਸਵਾ ਸਭ ਕੋ ਜਿੱਦ ਕੋ ਆਪਣਾ ਮੂੰਹ ਹੀ ਨਹੀਂ ਜ਼ਬਾਨ ਹੀ ਨਹੀਂ ਵਸ ਹੋਈ ਜੇ ਕਿਸ ਨੇ ਨਹੀਂ ਦਿੱਤਾ ਕੋਹ ਹਨਾ ਬੋਰੀ ਦੇ ਦਾਣੇ ਸਾਥ ਨਹੀਂ ਪਾਏ ਤਾਂ ਸਾਥ ਕਹਿੰਦਾ ਤੇਰਾ ਬੇੜਾ ਘਰ ਕੋ ਜੇ ਉਹ ਕਦਾ ਸਾਥ ਆ ਜਿਹਦੇ ਕੋ ਆਪਣੀ ਜ਼ਬਾਨ ਹੀ ਨਹੀਂ ਵਸ ਵਿੱਚ ਹੋਈ ਜਿਹਦੇ ਕੋ ਆਪਣੀ ਬਾਸ਼ਾ ਨਹੀਂ ਨਵਸ ਵਿੱਚ ਹੋਈ ਜਿਹੜਾ ਆ ਭੁੱਖਿਆਂ ਨੂੰ ਘੁੰਮਾਂਗਦਾ ਫਿਰਦਾ ਵਾ ਇਕ ਵਾਰ ਕੇ ਗੁਰਬਾਣੀ ਪੜੋਗੇ ਤਾਂ ਤੁਹਾਨੂੰ ਹਰ ਚੀਜ਼ ਦਾ ਮਤਲਬ ਪਤਾ ਲੱਗੂਗਾ ਫੇਰ ਹੀ ਪਤਾ ਲੱਗਣਾ ਵੀ ਇਹ ਵਾਰ ਸ਼ਰਾਪ ਕੋਈ ਨਹੀਂ ਦੇ ਸਕਦਾ ਤੁਹਾਨੂੰ ਸ਼ਰਾਪ ਬੰਦਾ ਆਪਣੇ ਆਪ ਵਾ ਤੇ ਆਪ ਹੀ ਆ ਜਦੋਂ ਚੰਗੀ ਚੀਜ਼ ਪੜਦਾ ਨਹੀਂ ਗੁਰੂ ਗ੍ਰੰਥ ਸਾਹਿਬ ਪੜਦਾ ਨਹੀਂ ਸਮਝਦਾ ਨਹੀਂ ਉਹ ਬੰਦੇ ਤੋਂ ਉੱਤੋਂ ਵੱਡਾ ਕੋਈ ਸ਼ਰਾਪ ਨਹੀਂ ਆ ਵੀ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਪੜਦਾ ਭਾਵੇਂ ਕੋਨੇ ਹੋ ਮੁੰਨੇ ਜਦੋਂ ਤੱਕ ਮਰਜੀ ਪੜੋ ਪੜਨਾ ਸਭ ਤੋਂ ਵੱਡਾ ਵਾਰਵਾ ਗੁਰੂ ਗ੍ਰੰਥ ਸਾਹਿਬ ਨੂੰ ਧਰਮ ਗ੍ਰੰਥਾਂ ਨੂੰ ਤੇ ਸ਼ਰਾਪ ਸਭ ਤੋਂ ਵੱਡਾ ਨਾਂ ਪੜਨਾ ਹੈ ਇਸ ਤੋਂ ਵੱਡਾ ਕੋਈ ਵਾਰਜਾ ਸ਼ਰਾਪ ਨਹੀਂ ਆ ਇਸਰ ਫਾੜੇ ਮੰਨ ਦਾ ਕਿ 11 ਤੇ ਵਹਿਮ ਆ ਇਸ ਤੋਂ ਬਾਅਦ ਕੁਝ ਨਹੀਂ ਨਾ ਇਹ ਕਰਕੇ ਡਰਨਾ ਨਹੀਂ ਚਾਹੀਦਾ ਕੋਈ ਹਾਰ ਸ਼ਰਾਪ ਦੇ ਜੂਗਾ ਜਿਹੜਾ ਸ਼ਰਾਪ ਦੇਣ ਆਇਆ ਉਹ ਸਮਝੋ ਸੰਤੀ ਨਹੀਂ ਹੁਣ ਅਸੀਂ ਇੰਨੀਆਂ ਗੱਲਾਂ ਕਰ ਦਿੰਦੇ ਆ ਗੱਡੀ ਤੇ ਜਾਇਦਾ ਇੱਥੇ ਐਕਸੀਡੈਂਟ ਹੋ ਜੇ ਇਹਦਾ ਮਤਲਬ ਇਹਨੇ ਸ਼ਰਾਪ ਦਿੱਤਾ ਅਸੀਂ ਮੜਾ ਬੋਲਦੇ ਕਿ ਇਹਦੇ ਨਹੀਂ ਬੜੀ ਦੁਨੀਆ ਦਾ ਐਕਸੀਡੈਂਟ ਹੁੰਦੇ ਆ ਇਹ ਕਰਕੇ ਜਦੋਂ ਹੱਡਣਾ ਕੋਈ ਮੜਾ ਹੋ ਜਾਂਦਾ ਨਾ ਅਸੀਂ ਚੀਜ਼ ਫੋਲਣਾ ਪੈਂਦੀ ਆ ਅਸੀਂ ਫਲਾਣੇ ਨੂੰ ਮੜਾ ਕਿਹਾ ਫਲਾਣੇ ਸੰਤ ਨੂੰ ਗੁਰਬਾਣੀ ਚੋਂ ਕਦੀ ਪੜ ਲਿਆ ਕਰੋ ਵੀ ਸੰਤ ਹੈ ਕੌਣ ਸੰਤ ਦੀ ਵਿਆਖਿਆ ਪੜ ਲਿਆ ਕਰੋ ਫਿਰ ਪਤਾ ਕਰਿਆ ਕਰੋ ਤੇ ਇਹ ਕਰਕੇ ਡੇਰਿਆਂ ਤੇ ਜਾਣਾ ਛੱਡਿਏ ਤੇ ਗੁਰੂ ਗ੍ਰੰਥ ਸਾਹਿਬ ਤੇ ਲੜ ਲੱਗੇ ਘਰਾਂ 'ਚ ਲਿਆਓ ਘਰਾਂ 'ਚ ਪੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕੋਈ ਨਹੀਂ ਨਹੀਂ ਗੁਰਦਾਰੇ ਜਾਣ ਦਾ ਟਾਈਮ ਲੱਗਦਾ ਹਨ ਜਦੋਂ ਲੱਗਦਾ ਠੀਕ ਆ ਘਰ ਲਿਆ ਕੇ ਰੱਖੋ ਪੜੋ ਉਹਨੂੰ ਘਰ ਤੇ ਟਾਈਮ ਲੱਗੂਗਾ ਨਾ 10 ਮਿੰਟ ਲੱਗਦੇ 5 ਮਿੰਟ ਲੱਗਦੇ 2 ਮਿੰਟ ਲੱਗਦੇ ਕਰ ਟਰੰਕ 'ਚ ਲਿਆ ਕੇ ਰੱਖੋ ਕੋਈ ਗੱਲ ਨਹੀਂ ਰਮਾਲਾ ਇੱਕ ਮਾੜਾ ਆ ਪਾਓ ਜਦੋਂ ਜੀ ਕਰਦਾ ਆਪਣੇ ਉਹ ਕੀ ਇੱਕ ਪੀੜੀ ਸਾਹਿਬ ਹੁੰਦੀ ਆ ਉਹਨੂੰ ਉਹਦੇ ਤੇ ਰੱਖਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਰਮਾਲਾ ਰੱਖ 10 ਅੰਗ ਪੜੇ 5 ਅੰਗ ਪੜੇ ਸਾਰਾ ਪਰਿਵਾਰ ਸਹਿਜ ਪਾਠ ਕਰੇ। ਆਪੇ ਗੁਰਬਾਣੀ ਦਾ ਪਤਾ ਲੱਗ ਦੋ। ਜਿਹਦੇ ਘਰ ਗੁਰਬਾਣੀ ਉਹਨੂੰ ਸ਼ਰਾਪ ਘੜਾ ਆਣ ਕੇ ਦੇਜੂਗਾ। ਮੇਰੇ ਘਰ ਆ ਪਿਆ ਮੇਰੀ ਮਾਤਾ ਨਹੀਂ ਪੜਦੀ ਪਹਿਲਾਂ ਫਿਰ ਘਰ ਪਿਆ ਵੇਖ ਹੁਣ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਰੋਜ਼ ਸਹਿਜ ਪਾਠ ਆਪਣਾ ਕਰਦੀ ਆ 2 ਵਾਂਗ 1 ਅੰਗ 5 ਅੰਗ 10 ਅੰਗ ਕਰਦੀ ਆ ਇਦਾਂ ਘਰਾਂ 'ਚ ਪਏ ਹੋਣਗੇ ਸਾਰੇ ਕਰਨਗੇ ਤੇ ਨਾਲੇ ਗੁਰਬਾਣੀ ਤਾਂ ਜਿਹੜਾ ਬਦਲਾਅ ਕਰੀ ਜਾਂਦੇ ਉਹ ਬਦਲਾਅ ਨਾ ਹੋਣਗੇ। ਕਈ ਇਦਾਂ ਦੇ ਗ੍ਰੰਥ ਵੀ ਹੈਗੇ ਜਿਨ੍ਹਾਂ 'ਚ ਬਦਲਾਅ ਹੈਗੇ ਆ। ਜਿਤਦਰ ਲਖ ਮਹਮਦਾ ਕੇਤੇ ਮਣੀਆਂ ਅਸ ਨਾ ਇਹ ਸ਼ਬਦ ਜਿਹੜੇ ਆ ਇੱਕ ਵੱਧੂ ਕਈ ਗ੍ਰੰਥਾਂ ਚ ਪਾਏ ਗਏ ਆ ਇਹ ਕਰਕੇ ਸਾਨੂੰ ਸਮਝਣਾ ਚਾਹੀਦਾ ਵਾ ਗੁਰਬਾਣੀ ਨੂੰ ਬਚਣਾ ਚਾਹੀਦਾ ਸਾਨੂੰ ਜਿੰਨਾ ਵੀ ਮਿਲਾਵਟ ਹੋ ਸਕੇ ਅਸੀਂ ਕਹਿੰਨੇ ਕਈ ਕਹਿੰਦੇ ਲੜੀਵਾਰ ਨਹੀਂ ਪੜਨਾ ਹੁੰਦਾ ਜਦੋਂ ਦੂਜਾ ਪੜਾਂਗੇ ਲੜੀਵਾਰ ਵੀ ਆਪੇ ਆ ਜਾਣਾ ਸਭ ਕੁਝ ਪੜਨਾ ਆ ਜਾਂਦਾ ਬਸ ਮਿਹਨਤ ਦੀ ਗੱਲ ਆ ਕਹਿੰਦੇ ਬੰਦਾ ਤੇ ਝਾੜੂ ਵੀ ਚਲਾਉਣਾ ਸਿੱਖ ਸਕਦਾ ਪਰ ਜਦੋਂ ਚਲਾਉਣ ਲੱਗੇ ਤੇ ਕਰਕੇ ਇਹੋ ਜੇ ਸੰਤਾਂ ਤੋਂ ਬਚੋ ਡੇਰਿਆਂ ਤੋਂ ਬਚੋ ਜੇ ਨਾ ਹੋ ਸਕਦਾ ਵਾ ਜਿਹੜੇ ਜਗਾਵਾਂ ਤੇ ਜਾਂਦੇ ਆ ਦੇਢ ਸ਼ਾਂ ਵਾਂਗੂ ਵੀ ਬਿਨਾ ਸੋਚੇ ਸਮਝੇ ਮੱਥਾ ਨ ਟੇਕਣਾ ਚਾਹੀਦਾ ਗੁਰੂਗ੍ਰੰਥ ਸਾਹਿਬ ਆ ਕੇ ਮੱਥਾ ਟੇਕੋ ਉਹਨੂੰ ਹੀ ਮੰਨੂ ਹੋਰ ਕਿਸੇ ਨੂੰ ਨਹੀਂ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ